ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਮੈਂ ਰਾਸ਼ਿਦ ਲਗਾਰੀ ਹਾਂ ਤੇ ਤੁਸੀਂ ਰਾਸ਼ਿਦ ਲਗਾਰੀ ਟੈਕ ਦੇ ਦੇ ਪਾਵੇ ਇਹ ਮੇਰੀ ਸਪੈਸ਼ਲ ਵੀਡੀਓ ਸਹਿਰ ਰਹਿੰਦ ਕੋ ਚੈਲੰਜ ਕਰਨ ਵਾਸਤੇ ਹੈ ਹੁਣ ਤੱਕ ਤੁਸੀਂ ਮੇਰੇ ਦੂਜੇ ਚੈਨਲ ਇਟਨ ਜਿਹੜੇ ਮੇਰੇ ਵਾਈਸ ਓਵਰ ਦੇ ਹਨ ਅੱਜ ਇਹ ਮੇਰਾ ਪਹਿਲਾ ਚੈਨਲ ਤੇ ਪਹਿਲੀ ਵੀਡੀਓ ਹੈ ਜਿਹਨੇ ਉਤੇ ਮੈਂ ਖੁਦ ਆਇਆ ਬਿਠਾ ਔਰ ਆਪਣੇ ਨਾਂ ਨਾਲ ਆਇਆ ਬਿਠਾ ਸਹਿਰ ਰਹਿੰਦ ਸਾਹਿਬ ਮੈਂ ਬੜੇ ਅਰਸੇ ਤੋਂ ਤੁਹਾਡੀ ਵੀਡੀਓ ਦੇ ਦੇ ਰਹਾ ਤੁਹਾਰੇ ਚੈਨਲ ਕੋ ਮੈਂ ਫਾਲੋ ਹੀ ਕੀਤਾ ਹੋਏ ਚਲੋ ਕਈ ਹੱਦ ਤੱਕ ਤੁਸੀਂ ਸਹੀ مشਵਰੇ ਦੇਂਦੇ ਵੇ ਲੇਕਿਨ ਮੈਂ ਅੱਜ ਇੱਕ ਤੋਂ ਖੁੱਲਾ ਚੈਲੰਜ ਲੈਣਾ ਪਿਆ ਕਿ ਤੁਸੀਂ ਸਭ ਕੋ ਗੌਰ ਨਹੀਂ ਵੇ ਦੇਖਣਾ ਪਿਆ ਜਨਨ ਵਾਸਤੇ ਵੀ origignal ਵੱਧ ਵੇ ਨਨ ਪਹਿਲੀ ਗੱਲ ਤੇ ਤੁਸੀਂ ਇਹ ਜਿਹੜੀ ਆਪਣੀ ਪੇਡ ਸਰਵਿਸ ਰੱਖੀ ਹੋਈ ਹੈ ਨਾ ਕੋਈ ਚੈਨਲ ਚੈਕਿੰਗ ਦੀ ਪੇਡ ਸਰਵਿਸ ਤੇ ਤੁਸੀਂ ਅਗਰ ਸਾਡੇ ਨਾਲ ਐਡਰਾ ਮੁਖਲੇ ਸੀ ਵੇ ਆਪਣੇ ਵਿਊਅਰਸ ਨਾਲ ਐਡਰਾ ਮੁਖਲੇ ਸੀ ਵੇ ਤੁਸੀਂ ਇਹ ਪੇਡ ਸਰਵਿਸ ਕਿਉਂ ਜਾਰੀ ਕੀਤੀ ਹੋਈ ਹੈ ਇਹ ਤੁਸੀਂ ਫ੍ਰੀ ਕਿਉਂ ਨਹੀਂ ਵੇ ਕਰਨੇ ਇਹ ਸਰਵਿਸ ਤੁਸੀਂ ਖਿਦਮਤ ਖਲਕ ਵਾਸਤੇ ਤੁਸੀਂ ਫ੍ਰੀ ਕਰ ਗਿਨੋ

लेकिन मैं जंहिं को ॿ जहिड़े वध नव उन यूट्यूबर को फ़ाइदा नी ॾियणा पिया त मेर इनशा नवी वीडियो त तुंहिंजो इंतज़ारु करे थो जंहिं मां इनशा चैलेंज पूरा करे सां सन साहिब कंहिं महिल तशरीफ़नाऊं कोटा तूं मैं तोखे ॾिसेना के कहिड़े गुर पए ओरिजिनल जहिड़े की तोसां साकू निव ॾिसंदे और मैं इनशा तोखे ॾिसे सां जनाब रोज़ तो साकूं हिकु नवी स्टोरी जे नाल वाइट स्टूडियो ते घुमाई खड़े वे बे बे भाई आखिर भाई क्रो में चाह वो वाइट स्टूडियो ओपन कर गो मोबाइल लगे वनो तो वाइट स्टूडियो कर गिनो यार इनद अलावा भी बै तारे कितने ट्रेक्स जोरे के पे जनाब आवाम को सिर्फ़ यहीं शायद न घुमा को सिर्फ़ एक गालब दाहब जरा कि नव यूट्यूबर है मिसाल तेंेरी पहली वीडियो यहीं चैनल से चलती पे है मैं इन क्या देखा वाइट स्टूडियो तो खड़ा ही खाली है वाइट स्टूडियो तो मेरे ऊँल काम करे जे मेरे पांच सत वीडियो तो मेरा चल आसन जो कुछ हजारों मेरे व्यूज वैसे ਮੈਂ ਉਹਨੇ ਹਜ਼ਾਰਾਂ ਵਿਊ ਤੱਕ ਵੰਨਾ ਕਿਵੇਂ ਮੈਂ ਮੈਨੂੰ ਪਹਿਲੇ ਇਹ ਸ਼ਾਇਦ ਤੂੰ ਤਸ ਦੱਸੋ ਕਿ ਮੈਂ ਉਹਨੇ ਹਜ਼ਾਰਾਂ ਤੱਕ ਪਹਿਲਾ ਵੀਡੀਓ ਮੈਂ ਕਿਵੇਂ ਗੈਨ ਕਰਵਾ ਤਾਂ ਕਿ ਉਹ ਬਾਅਦ ਵਿੱਚ ਵੀਡੀਓ ਸਟੂਡੀਓ ਮੈਨੂੰ ਕਈ ਹੱਦ ਤੱਕ ਚਲੋ ਫਾਇਦਾ ਦੇਵੇ ਮੈਨੂੰ ਨਾ ਤੂੰ ਸਾ ਵੈਰੀਫਿਕੇਸ਼ਨ ਦੱਸੇ ਨੇ ਪਾਵੇ ਸਾਕੂੰ ਨਾ ਤੂੰ ਸਾ ਸਬਸਕ੍ਰਾਈਬਰ ਗੈਨ ਕਰਨ ਦੱਸੇ ਨੇ ਪਾਵੇ ਬਈ ਕਿਹੜੀ ਸ਼ੈ ਕੜੀ ਹੈ ਜਾਂ ਤੂੰ ਸਾ ਕੋ ਆ ਦੇ ਜੀ ਥੰਬਨੇਲ ਤੇ ਲੱਗੋ ਤੂੰ ਸਾ ਕਿਵੇਂ ਐਡਿਟ ਕਰਨੇ ਤੂੰ ਸਾ ਅਜ ਤੱਕ ਸਾਗੂ ਕੋਈ ਪ੍ਰੀਮੀਅਮ ਤਰੀਕਾ ਦੱਸੇ ਕਿ ਬਈ ਥੰਬਨੇਲ ਕਿਵੇਂ ਬਣਾਉਣੇ ਜਿਹੜਾ ਕਿ ਇੱਕ ਆਮ ਇਨਸਾਨ ਸਾਬ ਆਦੇ ਵੀ ਜੀ ਮੇਰੀ ਤਾਲੀਮ ਘਾਟੇ ਪਿਆ ਚਲੋ ਤੁਹਾਡੀ ਤਾਲੀਮ ਘਾਟੇ ਤੁਸੀਂ ਇਤਨੇ ਸਾਲ ਲੈਂਨ ਠੀਕ ਹੈ ਇੱਕ ਬੀਆ ਬੰਦਾ ਅਗਰ ਆਜੂ ਕੋਈ ਸ਼ੌਕ ਚਾਲਵਨੇ ਯਾਰ ਮੈਂ YouTube ਚੈਨਲ ਬੜਨਾ ਉਹ ਬੇਚਾਰਾ ਕਿਵੇਂ ਆਵੇ ਉਹ ਕੋਈ ਆਸਾਨ ਤਰੀਕੇ ਦੱਸੋ ਤੁਸੀਂ ਠੀਕ ਹੈ ਜਿਹੜਾ ਕਿ ਪ੍ਰੀਮੀਅਮ ਤਰੀਕਾ ਹੋਵੇ ਉਹ ਕੋਥੇ ਖੜੇ ਵੇ ਪਿਕਸਲ ਐਪ ਦੇ ਘੁਮਾਈ ਖੜੇ ਵੇ ਭਈ ਪਿਕਸਲ ਐਪ ਓਪਨ ਕਰਕੇ ਨੂੰ ਨੇ ਫਿਲਾਨੀ ਚਾਹ ਕਰ ਗਿਨੋ ਇੱਕ ਡਰਾ ਕਰ ਗਿਨੋ ਵਿੱਚ ਰੰਗ ਐਡ ਕਰ ਰਹੇ ਹੋ ਯਾਰ ਇੰ ਤਾਂ ਨਹੀਂ ਇਤਰੇ ਨਾ ਕੰਮ ਮਿਹਰਬਾਨੀ ਕਰੋ ਤੁਸੀਂ ਵੀਰ ਵਰਦ ਨੂੰ ओरिजिनल ਸਹੀ ਤਰੀਕਾ ਦੱਸੋ ਇਹ ਆਮਦਨੀ ਜਰੀਏ ਇਹ YouTube ਦੀ ਤਰਫ ਆਉਣੀ ਹੈ ਨਾ ਕਿ ਮੈਂ ਨਵੇਂ ਨਾ ਸਹਿਰ ਇਨਸਾਨ ਸਾਹਿਬ ਦੇ ਨਾ ਕਈ ਬੇ ਦੇਵਣੀ ਹੈ ਨਾ ਪਾਕਿਸਤਾਨੀ ਹਕੂਮਤ ਰਿਣੀ ਹੈ YouTube ਅਗਰ ਸਾ ਕੋ ਇਮਕਾਮ ਦੇ ਨੇ ਤੇ ਉਹਨੇ ਆਪਣਾ ਹੁੰਦਾ ਫਾਇਦਾ ਪਿਆ ਸਾਰੇ ਕਿਨੇ ਢੇਰ ਸ਼ਹਿਰ ਤਾਂ ਉਹ YouTube ਆਪਰੇ ਕਿਨੇ ਰੱਖ ਦੇ ਬਾਅਦ ਇਹ ਸਭੋ ਦੇ ਦੇ ਤੁਸੀਂ ਉਹਨੇ ਕਿ ਦੱਸੋ ਅੱਛਾ YouTube ਦਾ ਅਗਰ ਇੱਕ ਬੰਦਾ ਨਹੀਂ ਚੱਲਦਾ ਪਿਆ ਉਹ ਕੋ ਵੀਡੀਓ ਬਣਾਉਣ ਦਾ ਤਰੀਕਾ ਨਹੀਂ ਆਣਾ ਪਿਆ ਉਹਨੇ ਕਿਨੇ ਕੰਟੈਂਟ ਕਹਿ ਨਹੀਂ ਉਹ ਕੋ ਤੁਸੀਂ Facebook ਤੇ ਕਿਦੀ ਵੰਜੋ Facebook ਦਾ ਤਰੀਕਾ ਜੇ ਦੱਸੋ ਮੈਂ ਤੋਕ ਦੇ ਸੈਨਾ ਕਿ ਫੇਸਬੁਕ ਤੇ ਕਿਵੇਂ ਤੂੰ ਅਰਨਿੰਗ ਕਰ ਸਕਦੇ ਵੇ ਅੱਛਾ ਇੰਗਨੇ ਇਲਾਵਾ ਸਾਰਾ ਅਗਰ ਕੋਈ ਪੜਾ ਲਿਖਾ ਤਬਕਾ ਹੈ ਪਿਆ ਟਵਿੱਟਰ ਤੇ ਕਿਵੇਂ ਅਰਨਿੰਗ ਕਰ ਸਕਦੇ ਤੋ ਸਾਜ ਤੱਕ ਨਹੀਂ ਨਹੀਂ ਦੱਸਿਆ ਸਕੂ ਮੈਂ ਤੋਕ ਦੇ ਸੈਨਾ ਜਨਾਬੇ ਵਾਲਾ ਤੂੰ ਸਿਰਫ ਇੱਕ YouTube ਦੇ ਅਰਨਿੰਗ ਤੇ ਨਾਲ ਖਾਲ ਬਣੋ ਬਾਕੀ ਤਰੀਕੇ ਹੀ ਹਨ ਪਏ ਜਿਹੜੇ ਕਿ ਆਸਾਨ ਹਨ ਪਏ ਟਵਿੱਟਰ ਵੀ ਹਰ ਬੰਦਾ ਚਲਾ ਗਿੰਦੇ ਅੱਜ ਦੇ ਦੌਰੇ ਠੀਕ ਹੈ ਉਹਨੇ ਬਾਅਦ ਫੇਸਬੁਕ ਪੇਜ ਹਨ ਪਏ ਪ੍ਰੋਫਾਈਲ ਦੇ ਬੜਦਿਆਂ ਪੈਨ ਮਿਹਰਬਾਨੀ ਕਰੋ ਕਿ ਬੇ ਤਰੀਕੇ ਜਗ ਨੋ ਧਿਆਦਾ ਮੈਂ ਤੋਕ ਦੇ ਸੈਨਾ ਪਿਆ ਸਹਿਰ ਇਨਸਾਬ ਪੈ ਜਾ ਤਾਂ ਕੋਟ ਦੁ ਆ ਵਣੋ ਨਹੀਂ ਵੀ ਆ ਸਕਦੇ ਪੈ ਤੇ ਮੈਂ ਇਨਸ਼ਾ ਅੱਲਾ ਅਗਲੀ ਵੀਡੀਓ ਚੜੇ ਨਾ ਪਿਆ ਜਨਾਬ ਹੋਣੀ ਨਾਲ ਅਗਰ ਕੋਟ ਦੁ ਕਹਿਣਾ ਦੋ ਮੋਸਟ ਵੈਲਕਮ ਅਸਾਂ ਵੀ ਬਲੋਚ ਆ ਤੂੰ ਤਾਂ ਹੀ ਬਲੋਚ ਹੀ ਵੇ ਖਿਦਮਤ ਕਰੇ ਸੂ ਜਨਾਬ ਹੋਣੀ ਦੀ ਔਰ ਤਰੀਕਾ ਦੇ ਦੇ ਸੂ ਔਰ ਇਨਸ਼ਾ ਅੱਲਾ ਲਈ ਵੀਡੀਓ ਚਲੇ ਸੂ ਜਨਾਬ ਇਹ ਨਾ ਉਸੇ ਕੇ ਵੀਡੀਓ ਐਡੀਟਿੰਗ ਕਰ ਕਰਕੇ ਸੱਟਿਓ ਕਿ ਬਈ ਗੱਲ ਕੰਮ ਦੀ ਜਿਹੜੀ ਗੱਲ ਹੈ ਉਹ ਕੱਟ ਕੇ ਨੂੰ ਬਈ ਵਿੱਚ ਆਵਾਂ ਡਿਓ ਆਹਾਂ ਲਾਈਵ ਚਲੇ ਸੂ ਬਾਵੇਂ ਉਹ ਘੰਟੇ ਤੇ ਲੱਗੀ ਮੰਜੇ ਬਾਵੇਂ 2 ਘੰਟੇ ਤੇ ਲੱਗੀ ਮੰਜੇ ਜਨਾਬ ਹੋਣੀ ਨਾਲ ਬਾਤ ਸੂ ਗਾ ਪੀ ਲੇ ਸੋ ਚਾਹ ਪੀ ਸੋ ਇਨਸ਼ਾਅੱਲਾ ਠੀਕ ਹੈ ਤੇ ਜਨਾਬ ਹੋਣੀ ਦੇ ਜਿਹੜੇ ਵਿਊਰ ਦੇ ਨੇ ਪਏ ਉਹਨੇ ਦੇ ਜਿਹੜੇ ਫਾਲੋਅਰ ਨੇ ਪਏ ਜਾਂ ਕੋ ਨਵੇਂ ਜਿਹੜੇ ਨੇ ਪਏ ਉਹਨੇ ਕੋਈ ਕੰਮ ਦੇ ਕੋਈ ਪੱਤੇ ਦੀ ਗੱਲ ਦੱਸੇ ਸੋ ਇਨਸ਼ਾਅੱਲਾ ਜ਼ਰੂਰ ਇਨਸ਼ਾਅੱਲਾ ਮੇਰੀ ਵੀਡੀਓ ਇੰਤਜ਼ਾਰ ਕਰੋ ਯਾਰ ਰਹਿਨ ਸਾਹਿਬ ਸਭ ਕੋ ਖਿਦਮਤ ਦਾ ਮੌਕਾ ਦਿਓ ਆ ਮੈਂ ਵਾਲ ਵਾਲਾ ਦਾ ਬੈਠਾ ਕੋਟ ਦੂ ਜਦਾ ਕਲਾ